ਨਾਂ ਕੀ ਤੁਹਾਡਾ? ਮੇਰਾ ਨਾਂ ਅਮਰ ਕੌਰ। ਅਮਰ ਕੌਰ, ਪਿੰਡ ਕਿਹੜਾ ਤੁਹਾਡਾ? ਰਾਜਪੁਰ ਭਾਈਆਂ ਦਾ। ਪੇਕਿਆਂ ਦਾ? ਹਾਂ, ਪੇਕੇ ਆ। ਰਾਏ ਇੱਥੇ ਸਹੁਰੇ ਹੋ ਗਏ ਆ, ਚੱਕ ਗੁਜਰਾਂ, ਹੁਸ਼ਿਆਰਪੁਰ, ਸੋਨਾਲੀਕਾ ਫੈਕਟਰੀ ਜਿੱਥੇ ਨਾ ਜੀ। ਕਦੋਂ ਵਿਆਹ ਕਦੋਂ ਹੋਇਆ ਤੁਹਾਡਾ ਇੱਥੇ? ਰੌਲਿਆ ਤੇ ਇੱਕ ਥਾਰ ਮਗਰ 48 ਚ ਹੋਇਆ। 48 ਚ ਹੋਇਆ? ਅੱਛਾ ਅੱਛਾ। ਇਹ ਕਿੱਦਾਂ ਦਾ ਪਿੰਡ ਸੀ ਜਦੋਂ ਤੁਸੀਂ ਵਿਆਹ ਕੇ ਆਏ ਸੀ? ਪਿੰਡ ਕਿਸ ਤਰ੍ਹਾਂ ਦਾ ਸੀਗਾ? ਇਹ ਉੱਜੜਿਆ ਸੀ ਜਾਂ ਆ ਗਿਆ ਸੀ ਉਦੋਂ? ਕੱਖ ਵੀ ਨਹੀਂ ਸੀ ਇੱਥੇ, ਗੁੱਜਰ ਨਾ ਰਹਿਣਾ ਨਾ ਦੇਣਾ। ਜਿਹੜੇ ਘਰ ਸੀ ਉਹ ਤੈਨੂੰ ਦੱਸਿਆ ਵੀ ਸਿੰਗੜੀ ਆ ਗਏ ਖੋ ਖਿੱਚ ਕਰ ਲੈ ਗਏ। ਅੱਛਾ ਜੀ, ਤਾਂ ਸਾਨੂੰ ਕੀ ਦਿੱਤਾ? ਮੈਂ ਤਾਂ ਉਦੋਂ ਵਿਆਹੀ ਆਈ ਸੀ, ਸਾਨੂੰ ਤਾਂ ਕਿਨ ਮੰਜਾ ਵੀ ਨਾ ਦਿੱਤਾ ਵੀ ਤੁਸੀਂ ਮੰਜਾ ਹੀ ਸੋਣੇ ਲੈ ਲਓ। ਅੱਛਾ ਅੱਛਾ, ਬਚਿਆ ਕੁਛ ਨਹੀਂ ਸੀ ਉਦੋਂ? ਨਾ ਨਾ, ਸਾਨੂੰ ਨਹੀਂ ਪਤਾ। ਇਹ ਗੁੱਜਰਾਂ ਦੇ ਪੱਕੇ ਘਰ ਸੀ ਜਾਂ ਕੱਚੇ ਸੀ? ਪੱਕੇ ਸੀ। ਆਹ ਬਾਂਟੋੜੀ ਮੈਂ ਹੁਣ ਆਪਣੇ ਆਪ ਪਾਏ ਉਹਨਾਂ ਦੇ ਗੁੱਜਰਾਂ ਦੇ। ਅੱਛਾ। ਇਹ ਬਲਵਿੰਦਰ ਹੁਣੀ ਵੀ ਆਪਣੇ ਪਾਏ। ਅੱਛਾ ਅੱਛਾ ਅੱਛਾ। ਧਰਮ ਸਨਮਾਨਾਂ ਦੇ ਜੀ ਇਹ ਉਹਨਾਂ ਦੇ ਹੀ ਆ? ਹਾਂ, ਇਹਨੇ ਇੱਥੇ ਵੀ ਜ਼ਮੀਨ ਪਵਾ ਦਈ। ਅੱਛਾ। ਸਿੰਗੜੀ ਵਾਲੇ ਵੀ ਪਵਾ ਦਈ। ਨਹੀਂ ਨਹੀਂ, ਪਿੰਡ ਸੀ ਉਹਨਾਂ ਦਾ, ਸਿੰਗੜੀ ਵਾਲੇ ਜ਼ਮੀਨ ਨਹੀਂ ਪਵਾਈ ਉਹਨਾਂ ਨੇ। ਸਿੰਗੜੀਆਂ ਦਾ ਜੱਦੀ ਪਿੰਡ ਆ, ਸਾਡੇ ਧਾਮੀ ਆ, ਇੱਥੇ ਪਵਾਈ ਆ, ਇੱਥੇ ਬਥੇਰੀ ਆ ਦਵਿੰਦਰ ਹੋਣਾ ਦੀ। ਨਹੀਂ ਬਸ ਬਸ, ਸਕੂਲੋ ਲਾ ਕੇ ਪਟੋਰੀ ਤਾਈ ਇਹਨਾਂ ਦੀ ਜ਼ਮੀਨ, ਉਧਰ ਆ ਫੈਕਟਰੀ ਉਹਨਾਂ ਦੀ ਜ਼ਮੀਨਾਂ ਚ ਪਈ ਆ। ਅੱਛਾ ਅੱਛਾ। ਦਵਿੰਦਰ ਹੋਣਾ ਤੇ ਰਾਜਪੁਰ ਭਾਈਆਂ ਮੁਸਲਮਾਨ ਸੀਗੇ ਬਥੇਰੇ? ਉੱਥੇ ਹੀ ਗੱਲ ਸੁਣਾਓ, ਕਿੱਦਾਂ ਦੇ ਮੁਸਲਮਾਨ ਸੀਗੇ? ਉੱਥੇ ਜਿਨ੍ਹਾਂ ਨੇ ਮੇਰਾ ਭਰਾ ਇੱਕ ਕੰਮ ਕਰਦਾ ਸੀ ਉਹਨੂੰ ਮੁਸਲਮਾਨ ਬਣਾ ਲਿਆ, ਉਹਨੂੰ ਜੰਦਾ ਕੁੰਜੀ ਸਮਾ ਗਏ, ਲੁੱਟੜ ਖੋਣ ਵਾਲੇ ਉਹਨੂੰ ਮੰਜਾ ਵੀ ਕੀ ਲੈਣਾ। ਨਹੀਂ ਨਹੀਂ ਨਹੀਂ, ਆਵਾਜ਼ ਆਉਂਦੀ ਵਿੱਚੋਂ। ਨਹੀਂ ਨਹੀਂ, ਤੁਹਾਡੇ ਮੁਸਲਮਾਨ ਕਿਹਨੂੰ ਬਣਾ ਲਿਆ? ਭਰਾ ਮੇਰੇ ਨੂੰ ਕਿਹਨੇ? ਮੁਸਲਮਾਨਾਂ ਨੇ। ਕਾਹਦੇ? ਉਹਨਾਂ ਦਾ ਕੰਮ ਜੋ ਕਰਦਾ ਸਾ ਨਿਆਣਾ ਹੁੰਦਾ ਇੱਦਾਂ ਦੇ ਕੰਮ ਕਰ, ਵਿਆਹਿਆ ਨਾ ਮੰਗਿਆ ਮੁਸਲਮਾਨਾਂ ਦੇ ਘਰ ਆਪੇ ਬਣਾ ਰਿਹਾ ਕਹਿਣ ਆ, ਜਿਹੜੇ ਰਸੂਲੀਆ ਕਰਦੇ ਆ ਇਹਨਾਂ ਦੇ ਘਰ ਦੇ ਮੁਸਲਮਾਨ। ਅੱਛਾ, ਹੈ ਤਾਂ ਇਹ ਫਿਕਰ ਅਸੀਂ ਕਹਿੰਦਾ ਅਸੀਂ ਤਾਂ ਆਪਣਾ ਮੁੰਡਾ ਮੰਗ, ਮੈਂ ਤਾਂ ਨਿੱਕੀ ਜਿਹੀ ਜੀ ਇੱਦਾਂ ਦੀ, ਉਦੋਂ ਸੁੱਟ ਮੈਨੂੰ ਹੈਗੀ ਸੀ, ਤੇ ਇਹਨੂੰ ਫਿਰ ਮਸੀ ਖੋ ਖਿੱਚ ਕੇ ਤਾਂ ਬਾਹਰੋਂ ਲਿਆਂਦਾ ਖਿੱਚ ਕੇ ਕੈਂਪਾ ਚੋਂ। ਕਿਹੜੀ ਬਰਾਦਰੀ ਦੇ ਸੀਗੇ ਉਹ? ਕੰਮ ਕਾਰ ਕੀ ਕਰਦੇ ਸੀ? ਖੇਤੀਬਾੜੀ। ਖੇਤੀਬਾੜੀ? ਰਾਈ ਹੋਣੇ? ਰਾਈ ਨਾ, ਰਾਈ ਨੀ, ਮੁਸਲਮਾਨ ਕਹਿੰਦੇ ਸੀ ਉਹਨਾਂ ਨੂੰ। ਰਾਈ ਤਾਂ ਪੰਜ ਚਾਰ ਘਰ ਹੀ ਸੀਗੇ ਰਾਈ। ਰਾਜਪੁਰ ਭਾਈਆਂ ਜਿਹੜੇ ਰਾਈ ਸੀ ਇਹ ਸਬਜ਼ੀਆਂ ਵੇਚਦੇ ਹੁੰਦੇ ਸੀ। ਤੁਹਾਡੇ ਪਿੰਡ ਸੀਗੇ ਕੋਈ? ਇੱਕ ਅੱਧਾ ਹੋਊਗਾ ਜਾਣੀ ਮੁਸਲਮਾਨ ਆਪਣੀ ਆਪਣੀ ਜ਼ਮੀਨ ਵਾਹੁਣੀ। ਤੁਹਾਡਾ ਜਿਹੜਾ ਤੁਹਾਡਾ ਪਿੰਡ ਸੀ ਉਹ 'ਚ ਮੁਸਲਮਾਨ ਕਾਫੀ ਸੀਗੇ ਹੈ ਨਾ ਜੀ? ਹਾਂ, ਪਿੰਡ ਮੁਸਲਮਾਨਾਂ ਦਾ ਚੱਲਦਾ। ਤੁਹਾਡੇ ਭਰਾ ਦਾ ਕੀ ਨਾਂ ਸੀ ਜਿਹੜਾ ਉਹਦੇ ਕੰਮ ਕਰਦਾ ਸੀ? ਭਗਤ ਰਾਮ। ਬਾਅਦ 'ਚ ਕੀ ਨਾਂ ਰੱਖ ਲਿਆ? ਉਹ ਹੀ ਰੱਖਿਆ, ਅਸੀਂ ਰੱਖਿਆ, ਜਿਹੜਾ ਉਹਨੇ ਖੜੇ ਕੀ ਰੱਖਿਆ ਤਾਂ ਮੁਸਲਮਾਨ ਬਣਾ ਲਿਆ। 47 'ਚ ਕਿੰਨੀ ਉਮਰ ਸੀ ਉਹਦੀ? ਹੁਣ ਮੈਨੂੰ ਪੁੱਤ ਇੱਦਾਂ ਦਾ ਕੀ ਐਡਾ ਸੀਗਾ? ਲੈ ਉਹਦੇ ਵਰਗਾ ਜਵਾਨ ਸੀਗਾ ਉਹ, ਪੋਤੇ ਮੇਰੇ ਵਰਗਾ। ਅੱਛਾ, 20 ਸਾਲ ਦਾ ਸੀਗਾ ਉਹ। ਹੋਰ, ਤੁਸੀਂ ਕੈਂਪ ਚੋਂ ਲੈ ਕੇ ਆਏ ਫਿਰ? ਹਾਂ, ਕੈਂਪ ਲੱਗਾ, ਕੈਂਪ ਚੋਂ ਲਿਆਂਦਾ ਫਿਰ ਜਾ ਕੇ। ਕਿੱਥੋਂ? ਪਹਿਲੇ ਤਾਂ ਇੱਥੇ ਲੱਗਾ ਨਸਰ ਵਾਲੇ। ਅੱਛਾ, ਖਰੇ ਇੱਥੋਂ ਲਗਾਏ ਤੇ ਖਰੇ ਫਿਰ ਜਿਹੜਾ ਗਾਹਾਂ ਲੱਗਾ ਉੱਥੇ ਲਿਆ। ਕੌਣ ਕੌਣ ਲੈਣ ਆਏ ਸੀ? ਮੇਰਾ ਚਾਚਾ ਤਾਇਆ ਤਾਂ ਹੈ ਨਹੀਂ ਸੀ ਕੋਈ ਵੀ। ਅੱਛਾ, ਭਰਾਏ ਲਿਆਏ ਸੀ ਬੜੇ। ਰੋਂਦੇ ਹੋਣੀ ਤੁਹਾਡੀ ਮਾਂ ਤਾਂ ਰੋਂਦੀ ਹੋਣੀ ਆ। ਹੈ, ਤੁਹਾਡੀ ਮਾਂ ਤਾਂ ਮੈਂ ਕਿਹਾ ਰੋਂਦੀ ਹੋਣੀ ਆ, ਸਾਡਾ ਮੁੰਡਾ ਚੱਲ ਗਿਆ। ਲੈ ਰੋਣ, 6 ਸੀ ਮੇਰੇ ਭਰਾ। ਅੱਛਾ, 6 ਭਰਾ, 2 ਭੈਣਾਂ, ਤੇ ਮੁਸਲਮਾਨ ਬਣ ਗਿਆ। ਹਾਂ, ਖੋ ਖਿੱਚ ਕੇ ਲਿਆਂਦਾ, ਲਿਆ ਕੇ ਫਿਰ ਕੋਟ ਵਿਆਹਿਆ। ਅੱਛਾ, ਕੋਟ ਹਜੇ ਹੈਗਾ ਆਹੋ। ਅੱਛਾ, ਮੇਰਾ ਭਰਾ ਹੈਗਾ ਰਾਜਪੁਰ ਭਾਈਆਂ ਅੰਨਾ ਹੋਇਆ ਮੁੰਡਾ, ਉਹਦਾ ਬਿਜਲੀ 'ਚ ਲੱਗਾ ਇੱਕ। ਨਾ ਕੀ ਆ? ਮੈਂ ਮਿਲਿਆਉਂਗਾ ਕੱਲ ਨੂੰ ਜਾ ਕੇ। ਮਿਲਿਆ ਮੈਂ? ਕੀ ਨਾਂ ਆ? ਰਾਮ ਆ ਉਹਦਾ ਨਾਂ, ਇੱਕ ਛਿੰਦਾ ਮੁੰਡਾ ਆ। ਅੱਛਾ 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 ਅੱਛਾ, ਗੱਲਾਂ ਤਾਂ ਕਰਦਾ, ਗੱਲਾਂ ਕਰਦਾ ਹੀ ਆ ਹੋਰ। ਕੋਈ ਨੀ, ਮੈਂ ਕੱਲ ਨੂੰ ਮਿਲ ਕੇ ਆਊਂਗਾ। ਲੈ ਕੇ ਆ ਭਗਤ ਰਾਮ ਵੀ, ਤੁਹਾਡਾ ਕੀ ਨਾਂ ਆ? ਤੁਹਾਡਾ ਨਾਂ ਦੱਸੂਗਾ, ਤੁਹਾਡੀ ਭੈਣ ਨੇ ਮੈਨੂੰ ਭੇਜਿਆ। ਅਮਰ ਕੌਰ। ਮੈਂ ਕੱਲ ਨੂੰ ਮਿਲ ਕੇ ਆਊਂਗਾ। ਅੰਬੋਈ ਸੱਜਦੇ, ਅੰਬੋਈ।
ਅੱਛਾ ਅੱਛਾ ਉਹ ਦੱਸਦੇ ਵੀ ਚੱਕ ਗੁਜਰ ਦਾ ਤੋਂ ਆਇਆ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਭੈਣ ਵਾ ਅੱਛਾ 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 ਤੇ ਉਹ ਪੁਰਾਣੀ ਗੱਲ ਸੁਣਾਓ ਕੋਈ ਹੋਰ ਹੋਰਾ ਮੇਰਾ ਬੜਾ ਮੁੰਡਾ ਆਇਆ ਉਹਦਾ ਚੌਲਾ ਅੱਛਾ 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 ਨਹੀਂ ਨਹੀਂ ਉਹਨਾਂ ਕੋਲ ਪੁਰਾਣੀਆਂ ਗੱਲਾਂ ਕਿੱਥੇ ਤੁਹਾਡੇ ਵਾਲੀਆਂ ਇਹ ਵੱਡਾ ਮੇਰਾ ਪੁੱਤ ਉਹ ਗੱਲ ਸੁਣਾਓ ਫਿਰ ਜਿਹੜਾ ਤੁਹਾਡਾ ਭਰਾ ਇੱਕ ਹੋਰ ਲੁੱਟਦਾ ਰਿਹਾ ਜੱਟਾਂ ਨਾਲ ਟਰਾਲੀ ਚ ਜੱਗਾ 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 ਮਰ ਗਿਆ ਉਹ ਬੜਾ ਲੁੱਟਿਆ ਉਹਨੇ ਨਾਲ ਜਾ ਕੇ ਬਥੇਰਾ ਕਿਹੜੇ ਕਿਹੜੇ ਪਿੰਡ ਲੁੱਟੇ ਬਥੇਰੇ ਲੁੱਟ ਲਏ ਪਿੰਡਾਂ ਨੇ ਨਾਲ ਦਾ ਪਿੰਡ ਜਾ ਬੜੇ ਉਹ ਹੀ ਲੁੱਟ ਕੇ ਲੈ ਟਰਾਲੀ ਭਰ ਕੇ ਕੁਝ ਜਨਾਨੀਆਂ ਵੀ ਕਹਿੰਦੇ ਚੁੱਕ ਲਈਆਂ ਇਹਨਾਂ ਨੇ ਜੱਟਾਂ ਨੇ ਉਦੋਂ ਇਹਨਾਂ ਨੇ ਜਿਹੜੀ ਮੁਸਲਮਾਨੀ ਹੱਥ ਵਾਲੀ ਉਹ ਕਦੋਂ ਛੱਡਦੇ ਸੀ ਉਹਨਾਂ ਨੇ ਸਾਡੀ ਤੇਰੀ ਕੁੜੀ ਹੱਥ ਆਈ ਲੁੱਟ ਮਾਰ ਇਹ ਵੀ ਕਰਦੇ ਸੀ ਉਹ ਵੀ ਕਰਦੇ ਆਹੋ ਉਹ ਵੀ ਕਰਦੇ ਸੀ ਉਹ ਫਿਰ ਜਾਣ ਦਿੰਦੇ ਸੀ ਜਿੱਥੇ ਮੁਸਲਮਾਨ ਨੀ ਰਹਿ ਗਏ ਉੱਥੇ ਰਹਿ ਗਏ ਜੇ ਚਮਾਰਾ ਨੀ ਕੋਈ ਚਲ ਗਈ ਉਹ ਵੀ ਉੱਧਰ ਸਾਹਮਣ ਲਏ ਤੁਹਾਡੇ ਪਿੰਡ ਕੋਈ ਰਹਿੰਦੀ ਸੀ ਮੁਸਲਮਾਨੀ ਜਿਹੜੀ ਲਿਆਂਦੀ ਹੋਵੇ ਨਾ ਸਾਡੇ ਕੋਈ ਨੀ ਰਹਿ ਕੈਂਪ ਚ ਤੈਨੂੰ ਦੱਸਿਆ ਨਸਲ ਵਾਲੇ ਛੱਡ ਕੇ ਗਏ ਆ ਅੱਛਾ ਅੱਛਾ ਕੈਂਪ ਬਹੁਤ ਭਾਰਾ ਸੀ ਇੱਥੇ ਅੱਛਾ 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 ਹੋਰ ਕੋਈ ਪੁਰਾਣੀ ਗੱਲ ਸੁਣਾਓ ਹੋਰ ਕਿਹੜੀ ਸੁਣਾਈਏ ਹੋਰ ਇਹ ਰੂੰ ਕਰਦਾ ਹੁੰਦਾ ਸਰ ਜਾਈਆਂ ਭਰਦਾ ਸਰ ਅੱਛਾ ਜੀ ਤਾਂ ਰੋਟੀ ਖਾਈ ਦੀ ਸੀ ਇਹ ਬਜ਼ੁਰਗ ਤਾਂ ਦੇਖੇ ਲੱਗਦੇ ਮੈਨੂੰ ਮੈਂ ਦੇਖੇ ਆਏ ਬਹੁਤ ਭਰੀਆਂ ਰਜਾਈਆਂ ਬਹੁਤ ਭਰੀਆਂ ਕਿੱਥੇ ਰਾਜਪੁਰ ਭਾਈਆਂ ਤੁਸੀਂ ਰਾਜਪੁਰ ਭਾਈਆਂ ਰਹੇ ਆ ਮੇਰਾ ਪਿੰਡ ਵਾ ਇਹਨਾਂ ਦਾ ਦਾਹੀ ਜਈਆਂ ਆਹੋ ਤੁਹਾਡਾ ਤੁਹਾਡਾ ਮੈਨੂੰ ਪਤਾ ਹੀ ਗਿਆ ਰਜਾਈਆਂ ਦਾ ਭਰਦੇ ਰਹਿਣੇ ਰਾਜਪੁਰ ਵੀ ਹਾਂ ਰਜਾਈਆਂ ਦਾ ਭਰੀਆਂ ਹੀ ਆ ਉੱਥੇ ਵੀ ਅੱਛਾ 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 ਕੋਈ ਗੱਲਬਾਤ ਸੁਣਾਓ ਇਹ ਪਿੰਡ ਫਿਰ ਤੁਸੀਂ ਉੱਜੜਿਆ ਪਿੰਡ ਤੁਹਾਨੂੰ ਮਿਲਿਆ ਉੱਜੜਿਆ ਸਾਨੂੰ ਕਿ ਤੈਨੂੰ ਦੱਸਿਆ ਵੀ ਕਣਕਾਂ ਦੇ ਗਏ ਕਿ ਦਾਣੇ ਦੇ ਗਏ ਕਿ ਮੰਜੇ ਦੇ ਗਏ ਕਿ ਜ਼ਮੀਨ ਦਾ ਦਿੱਤੀ ਬਾਹਰ ਲਿਆਇਆ ਨੂੰ ਤਾਂ ਜ਼ਮੀਨਾਂ ਵੀ ਮਿਲ ਗਈਆਂ ਫਰਜ ਕਰਦੇ ਪਾ ਪਾ ਕੇ ਲੈ ਲਈਆਂ ਲੋਕ ਬਾਹਰੋਂ ਆ ਕੇ ਬਣ ਗਏ ਇੱਥੇ ਲੈ ਨੂੰ ਕੀ ਦਿੱਤਾ ਠੀਕ ਹੈ ਗੱਲ ਕੱਖ ਨਹੀਂ ਦਿੱਤਾ ਸਿੰਗੜੀ ਵਾਲੀ ਹੀ ਖਾ ਲੈ ਅੱਛਾ 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 ਸਿੰਗੜੀ ਹੋਰ ਬੀਬੀ ਜਾਸਰਾ ਤੁਹਾਡੀ ਕੋਈ ਸਹੇਲੀ ਸੀਗੀ ਰਾਜਪੁਰ ਭਾਈਆਂ ਮੁਸਲਮਾਨਣੀ ਜਿਹੜੀ ਨਾਲ ਖੇਲਦੀ ਸੀ ਕਿੱਥੇ ਵਿਆਹੀ ਸੀ ਰਾਜਪੁਰ ਓਹੋ ਕੀ ਨਾਂ ਸੀ ਸਲਾਮ ਤੇ ਵਿਆਹੀ ਇੱਥੇ ਸੀ ਮੇਰਾ ਵੀ ਉਹੀ ਰਿਸ਼ਤਾ ਲਿਆਈ ਓਹੋ ਮੇਰੇ ਭਰਾ ਭਤੀਜੇ ਰੋਟੀਆਂ ਮਾਂ ਇਹਨਾਂ ਨੇ ਮਰ ਗਏ ਦਾਦੀ ਵੀ ਮਰ ਗਏ ਰੋਟੀ ਪਕਾਉਣੇ ਆ ਮੈਂ ਫਿਰ ਹਲਕੀ ਜਿਹੀ ਵਿਆਹ ਇਹ ਵਿਚੋਦੜ ਬਣੀ ਉਹ ਸਲਾਮ ਤੇ ਆਹੋ ਇਹ ਵੀ 47 ਚ ਚੱਲ ਗਈ ਕਿ ਮਾਰੀ ਗਈ ਨਾਲੇ ਗਈ ਉਹਨਾਂ ਦੇ ਰਾਜਪੁਰ ਭਾਈਆਂ ਦੀ ਧੀ ਗੁਜਰਾਂ ਦੀ ਧੀ ਸੀ ਇੱਥੇ ਵਿਆਹੀ ਸੀ ਗੁਜਰਾਂ ਦੇ ਉਹਦਾ ਪਿਓ ਦਾ ਕੀ ਨਾਂ ਸੀ ਪੇ ਦਾ ਮੈਨੂੰ ਨਹੀਂ ਪਤਾ ਪੇ ਦਾ ਪਤਾ ਨਹੀਂ ਤਾਂ ਆਦਮੀ ਉਹਦਾ ਹਾਕਮ ਸੀਗਾ ਹਾਕਮ ਆਹੋ ਅੱਛਾ ਉਹ ਤੁਹਾਡੀ ਵਿਚੋਲਣ ਸੀ ਅੱਛਾ ਕਿੰਨੀ ਕੁ ਯਾਦ ਆਈ ਫਿਰ ਜੋ ਤੁਸੀਂ ਇਸ ਪਿੰਡ 'ਚ ਵਿਆਹੇ ਬਥੇਰਾ ਫਿਰ ਦੱਸ ਤੂੰ ਮੈਨੂੰ ਦੇ ਗਈ ਆਪ ਉੱਜੜ ਗਈ ਹੁਣ ਕਿਹਨੂੰ ਪੁੱਛੀਏ ਵੀ ਤੂੰ ਵਿਚੋਲੀ ਬਣੀ ਸੀਗੀ ਏਦਾਂ ਦੀਆਂ ਦੀ ਓਹੋ ਹੋਰ ਏਦਾਂ ਦੀਆਂ ਗੱਲਾਂ ਕੰਮ ਸਲਾਮਤ ਸੋਹਣੀ ਸੀਗੀ ਹੈ ਸੋਹਣੀ ਕੁੜੀ ਸੀ ਸਲਾਮਤ ਕਿਤੇ ਗੁਜਰੀਆਂ ਤਾਂ ਹੱਥ ਲਾਓ ਮੈਂ ਆ ਗਿਆ ਸੀ ਹਾਕਮ ਵੀ ਸੋਹਣਾ ਸੀ ਆਹੋ ਤਾਂ ਕਿ ਸੋਹਣੇ ਸੀ ਹੋਰ ਮਾੜੇ ਹੁੰਦੇ ਅੱਛਾ ਮਾੜੇ ਹੁੰਦੇ ਜਿਹੜੇ ਖਰੀਦ ਦਿੱਤੇ ਮਾਪਿਆਂ ਨੇ ਉਹਨੇ ਨੂੰ ਮਾੜਾ ਕਹਿਣਾ ਸੀਗਾ ਉੱਧਰ ਧਰਤੀ ਤੇ ਪੈਰ ਨਹੀਂ ਸੀ ਲੱਗਦਾ ਇਹ ਸੋਹਣੇ ਬਹੁਤ ਸੋਹਣੇ ਆ ਜਵਾਨੀ ਚ ਮੈਂ ਕਿਹਾ ਕਿਤੇ ਬੋਰੀ ਚੱਕ ਲੈਣੀ ਸਾਬਤੀ ਦਾਣਿਆਂ ਦੀ ਸਿਰ ਚਾਕੇ ਤੇ ਬੋਰੀ ਚੜ ਜਾਣਾ ਤਾਂ ਹੋਰ
ਜਦੋਂ ਤੁਸੀਂ ਫਿਰ ਵਿਆਹ ਜਦੋਂ ਤੁਹਾਡਾ ਸਲਾਮਤ ਨੇ ਰਿਸ਼ਤਾ ਕਰਾਇਆ ਤੇ ਤੁਹਾਡੇ ਵਿਆਹ ਤੋਂ ਪਹਿਲੇ ਚਲ ਗਈ ਉਹ ਰੌਲੇ ਤਾਂ ਸਾਰ ਭਰ ਅੱਗੇ ਚਲ ਗਏ ਰਿਸ਼ਤਾ ਮੇਰਾ ਕਰ ਗਈ ਵਿਆਹ ਵੀ ਮਗਰੋਂ ਹੋਇਆ ਤੇ ਤੁਸੀਂ ਘਰ ਦੇਖਣ ਗਏ ਉਹਦਾ ਸਲਾਮਤ ਦਾ ਘਰ ਦੇਖਿਆ ਮੇਰੇ ਅੱਛਾ ਜੱਟਾਂ ਕੋਲੋਂ ਇਹ ਪਿਆ ਕਿਹਨਾਂ ਨੂੰ ਸੀ ਮੇਲਾ ਸਾਹਿਬ ਨੂੰ ਪੈ ਗਿਆ ਸਭ ਮੇਲਾ ਸਾਹਿਬ ਬਰਿਆਮ ਸਾਹਿਬ ਵੀਰ ਸਾਹਿਬ ਇਹ ਡੰਡੇ ਇਹ ਡੰਡੇ ਵਾਲੀ ਨਹੀਂ ਨਹੀਂ ਇਹ ਆਹ ਜੰਡੇ ਇਹਨਾਂ ਨੂੰ ਪਿਆ ਸੀ ਅੱਛਾ 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 ਇਹ ਫੇਰ ਇਹਨੇ ਵੇਚ ਦਿੱਤਾ ਤੁਹਾਡੇ ਦੇਰ ਨੇ ਲੈ ਲਿਆ ਹੁਣ ਪੁਰਾਣਾ ਘਰ ਕੋਈ ਬਚਦਾ ਪਿੰਡ ਚ ਸਾਰੇ ਨਵੇਂ ਬਣ ਗਏ ਸਾਰੇ ਸਭ ਨਵੇਂ ਕੋਈ ਪੁਰਾਣਾ ਨਹੀਂ ਰਿਹਾ ਮਿੱਟੀ ਰੌਲੇ ਨੂੰ ਥਾਂ ਨਹੀਂ ਰਿਹਾ ਪੱਕੇ ਸਾਨੂੰ ਵੀ ਜੋ ਕੇ ਸਾਰੇ ਹੋਏ ਪਾਏ ਨੇ ਸਲਾਮ ਤੇ ਕਿੰਨੀ ਕੁ ਜਾਤ ਆਉਂਦੀ ਆ ਬਤੇਰੀ ਆਉਂਦੀ ਸੀਗੀ ਅੱਜ ਸ਼ਕਲ ਚੇਤੇ ਉਹਦੀ ਹੈ ਅੱਜ ਉਹਦੀ ਸ਼ਕਲ ਚੇਤੇ ਆ ਤੈਨੂੰ ਦੱਸਿਆ ਥੋੜ੍ਹੀ ਸਨੱਖੀ ਲੰਮੀ ਘੱਗਰਾ ਪਾ ਕੇ ਰੱਖਣਾ ਅੱਛਾ ਘੱਗਰਾ ਹੀ ਰੱਖਦੀਆਂ ਸੀ ਅੱਗੇ ਉਹ ਤੁਹਾਨੂੰ ਦੱਸਦੀ ਹੁੰਦੀ ਸੀ ਇਹ ਕਿੱਦਾਂ ਦੇ ਆ ਲੈ ਇੱਥੇ ਆੜਾ ਭਾਜਾ ਜੀ ਇਹਨਾਂ ਦੇ ਪੇ ਦਾ ਨਾਂ ਲੈ ਕੇ ਤੁਸੀਂ ਹੈ ਨਾ ਮੇਰੇ ਪਿੰਡ ਕੁੜੀ ਮੁੰਡਾ ਵਿਆਹ ਨਾ ਬਹੁਤ ਸਾਡੇ ਪਿੰਡ ਬਹੁਤ ਚੱਬਰ ਭਾਰਾ ਆ ਅੱਛਾ ਛੇਆ ਭਰਾ ਬਣੀਆਂ ਦੋ ਤਾਂ ਅਸੀਂ ਭੈਣਾਂ ਇੱਕ ਵੇ ਨਾਨਕੇ ਨੇ ਵਿਆਹ ਤੀ ਅੱਛਾ ਇਹਨਾਂ ਨੇ ਮੈਨੂੰ ਵਿਆਹ ਤਾ ਰਾਤ ਰੱਖਦੇ ਸੀ ਜਨੇਤਾ ਅੱਛਾ ਹਾਂ ਹਾਂ ਏਦਾਂ ਨੀ ਕਰਦਾ ਕੀ ਕਰਨਾ ਹੁਣ ਯਾਦ ਕਰ ਕਰਨਾ ਸਾਡੇ ਪਿੰਡ ਦੀ ਇੱਥੇ ਕਪਡੋਰੀ ਆ ਧੁੱਗਿਆ ਦੇ ਕੋਲ ਹਾਂਜੀ ਉੱਥੇ ਲਈਏ ਉੱਥੇ ਇੱਕੋ ਘਰ ਦੇ ਦੋਵੇਂ ਮੁੰਡੇ ਤਾਂ ਦੋਵੇਂ ਕੁੜੀਆਂ ਸਾਡੇ ਪੈਂਦੀਆਂ ਉਹ ਬਾਹਰ ਇੱਥੇ ਵਿਆਹੀ ਹੋਈ ਸੀਗੀਆਂ ਪਡੋਰੀ ਅੱਛਾ ਰੌਲੇ ਪਾ ਕੇ ਮੁਸਲਮਾਨਾਂ ਨੇ ਆਣ ਨਹੀਂ ਦਿੱਤੇ ਉਹ ਪਾਕਿਸਤਾਨੋਂ ਹਾਂ ਪਾਕਿਸਤਾਨ ਉਹ ਦੋਵੇਂ ਨਹੀਂ ਆਈਆਂ ਫਿਰ ਉਹ ਹੋ ਗਏ ਦਸ ਕਈ ਸਾਲ ਹੋ ਗਏ ਦਸ ਪੰਦਰਾਂ ਸਾਲ ਉਹ ਫਿਰ ਬੜੀ ਜਿਹੜੀ ਸੀ ਸਾਡੀ ਅਸੀਂ ਭੂਆ ਕਹਿਣਾ ਉਹਨੂੰ ਉਹ ਫਿਰ ਪਾਕਿਸਤਾਨੋਂ ਛੁੱਟੀਆਂ ਲੈ ਕੇ ਆਈ ਮਿਲਣ ਆਈ ਮਿਲਣ ਆਈ ਓਹੋ ਇੱਥੇ ਉਹਦੇ ਭਰਾ ਤਾਂ ਨਣਾਨ ਤੇ ਦੂਜਾ ਰਹਿੰਦੇ ਆ ਉਹ ਤਾਂ ਮਰ ਗਏ ਪਡੋਰੀ ਕਿਹੜੀ ਆ ਭਲਾ ਇਹ ਪਡੋਰੀ ਭਾਵੇਂ ਮੀਂਡੋ ਮੀਂਡ ਪਡੋਰੀ ਮੀਂਡੋ ਮੀਂਡ ਪਡੋਰੀ ਮੀਂਡੋ ਮੀਂਡ ਗਿਆ ਨੇ ਨਾਲੇ ਹੀ ਆ ਅੱਛਾ ਅੱਛਾ ਨੈਣ ਵਾਲ ਤੋਂ ਗਏ ਹਾਂ ਨਾਲੇ ਪਡੋਰੀ ਆ ਉਹਦਾ ਭਰਾ ਹੈਗਾ ਹੁਣ ਉਹ ਮਰ ਗਏ ਭਰਾ ਵੀ ਮਰ ਗਿਆ ਭਰਜਾਈ ਵੀ ਮਰ ਗਏ ਮੁੰਡਾ ਐਕਸੀਡੈਂਟ ਹੋ ਕੇ ਮਰ ਉਹ ਮੁਸਲਮਾਨ ਬਣ ਗਏ ਉੱਧਰ ਫੇਰ ਉੱਧਰ ਮੁਸਲਮਾਨ ਨਹੀਂ ਇਹ ਤੁਹਾਡੇ ਸੀਗੇ ਰਾਜਪੁਰ ਭਾਈਆਂ ਦੇ ਹਾਂ ਵਿਆਹੀਆਂ ਸੀ ਭੂਆ ਸਾਡੀਆਂ ਉਹ ਭੂਆ ਸੀ ਸਾਡੀਆਂ ਦੋਏ ਓਹੋ ਇੱਥੇ ਵਿਆਹੀਆਂ ਦੀ ਮੀਂਡੋ ਮੀਂਡ ਹਾਂ ਪਾਕਿਸਤਾਨ ਰਹਿੰਦੇ ਸੀ ਪਾਕਿਸਤਾਨ ਮੁੜ ਕੇ ਆਉਂ ਫਿਰ ਉਹ ਦਸਾਂ ਪੰਦਰਾਂ ਨਾਲਾਂ ਦੀ ਛੁੱਟੀ ਲੈ ਕੇ ਮੈਂ ਮੇਰੀ ਨਨਾਣ ਮੇਰੀ ਨਣਦੋਈਆ ਮੈਂ ਦੇਖਣ ਜਾਣਾ ਤੁਸੀਂ ਮਿਲੇ ਫਿਰ ਉਦੋਂ ਉਹਨੂੰ ਇੱਥੇ ਆਉਣਾ ਨਹਾਉਣਾ ਧੋਣਾ ਟੱਲੇ ਬਦਲਨੇ ਜਾਂਦੀ ਹੋਈ ਦਸ ਦਸ ਰੁਪਈਏ ਲੈ ਕੇ ਗਈ ਰੋਈ ਫਿਰ ਕਿੰਨਾ ਕੁ ਬਥੇਰਾ ਐ ਕਿਹਾ ਭੂਆ ਸਾਡੇ ਕੋਲ ਰਹਿ ਲੈ ਕਹੀ ਦਿੱਤਾ ਉਹਨੀ ਤਾਂ ਲੈਣ ਉਹ ਜਿਹੜਾ ਮਗਰ ਜਿੱਥੇ ਵਿਆਹੀ ਸੀ ਆਹੋ ਮੁਸਲਮਾਨਾਂ ਨੇ ਪਾਕਿਸਤਾਨੋਂ ਆਈ ਨਹੀਂ ਉਹ ਜਦ ਉਹਦਾ ਪਤੀ ਕਿੱਥੇ ਸੀ ਉਹਦਾ ਆਪਣੇ ਪਤੀ ਨਾਲ ਵਿਆਹੀ ਸੀ ਜਾਂ ਹੋਰ ਲੈ ਗਿਆ ਪਡੋਰੀ ਨਰਾ ਪਡੋਰੀ ਵਿਆਹੀ ਸੀ ਬਾਹਰ 'ਚ ਰਹਿੰਦੇ ਸੀ ਉਹਨੇ ਬਾਹਰ ਵਿਆਹ ਨਾ ਆਣ ਨਹੀਂ ਦਿੱਤੇ ਅੱਛਾ ਗੁਜਰਾਂ ਨਾ ਆਣ ਨਹੀਂ ਦਿੱਤੇ ਸਾਡੇ ਰਹੋ ਇੱਥੇ ਹਾਂ ਉਹਨਾਂ ਕੋਲ ਹੀ ਆ ਹੁਣ ਉੱਧਰ ਹੋਰ ਚਮਾਰ ਹੋਣਗੇ ਜਿਹਨਾਂ ਨਾਲ ਮੁੰਡੇ ਕੁੜੀਆਂ ਮੰਗ ਲੈ ਰੱਖਦਾ ਹੋਰ ਕਿਤੇ ਗੁਜਰਾ ਦੇ ਮੰਗੇ ਆ ਨਹੀਂ ਮੈਂ ਜਾਣਦਾ ਹੁੱਕੜਾ ਦਾ ਇੱਕ ਪਰਿਵਾਰ ਰਹਿੰਦਾ ਪੂਰਾ ਹੀ ਉੱਥੇ ਮੁਸਲਮਾਨ ਬਣ ਗਿਆ ਸੀ ਹਾਂ ਹੁੱਕੜਾ ਦੇ ਹਾਂ ਨਾਲੇ ਹੀ ਆ ਹੁੱਕੜਾ ਰਾਜਪੁਰ ਦੇ ਉੱਥੇ ਦੇ ਮੈਂ ਮਿਲਿਆ ਉਹਦੀ ਭੈਣ ਨੂੰ ਉਹਦੇ ਪੰਜ ਭਰਾ ਉੱਥੇ ਮੁਸਲਮਾਨ ਹੋ ਗਏ ਆਉਣ ਨਹੀਂ ਦਿੱਤੇ ਆਉਣ ਨਹੀਂ ਦਿੱਤੇ ਕੁੱਤੇ ਦਾ ਨਹੀਂ ਦਾ ਤੁਹਾਡੀ ਭੂਆ ਦੱਸਦੀ ਸੀ ਉਹ ਮੁਸਲਮਾਨ ਬਣ ਗਿਆ ਕਹਿੰਦੀ ਸੀ ਇੱਕ ਲਛਮੀ ਸੀਗਾ ਇੱਕ ਨਾ ਖਰਗੀ ਭਟਕਾ ਛੋੜਦਾ ਬੜੀ ਦਾ ਨਾਂ ਜਿਹੜੀ ਸਾਡੀ ਨਹੀਂ ਤੁਸੀਂ ਪੁੱਛਦੇ ਸੀ ਵੀ ਹੁਣ ਮੁਸਲਮਾਨ ਬਣ ਗਏ ਕਿ ਕੌਣ ਆ ਅਸੀਂ ਤਾਂ ਪੁੱਛਿਆ ਕੀ ਕਹਿੰਦੀ ਕਹਿੰਦੀ ਬੱਚ ਮਾਰਾਂ ਦੇ ਘਰ ਹੋਰ ਵੀ ਆ ਸਾਡੇ ਵੀ ਆ ਜਿੱਦਾਂ ਇਹ ਭੂਆ ਨੂੰ ਮਾਮੇ ਦੀ ਕੁੜੀ ਲੈਣੀ ਮਾਮੇ ਦੀ ਕੁੜੀ ਭਤੀਜੀ ਵਿਆਹ ਲੈਣੀ ਭਰਾ ਦੇ ਮੁੰਡੇ ਨੂੰ ਭਰਾ ਦੀ ਕੁੜੀ ਵਿਆਹ ਲੈਣੀ ਆਪਣੇ ਮੁੰਡੇ ਨੂੰ ਇਹਨਾਂ ਦੇ ਏਦਾਂ ਸੀ ਮੁਸਲਮਾਨਾਂ ਦੇ
लक्ष्मी का पिंड नी एड्रेस नी पे को भूआ का पिंड केड़ा सी पता नी ए गुजरा ना पटोरी ब्याई नहीं उधर 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 की पता हूं मार च किथे आ नहीं मैं एड्रेस नी लिख के दे के गई दशमी आई सी बारो बारो जवाने होना दी कुड़ी जेडी आई सी प्रभी दी भरजाई बारो बस कम कोई होर गल बात सुनाओ पुरानी होर संताली दे ताड़े पेड़ दे मुसलमान मारे तो नहीं कहे ने कुड़िया रख दया चोरी मुंडे मार दिते जे जटा दे हाथ मुसलमान आए नहीं मार दिते मुसलमान दे हाथ आए तो जटा ने मार दिते ताड़े पेड़ इदा ही ताड़े पेड़ काफी कतलेआम होया तेरा कुछ होया ਤੁਸੀਂ ਲਾਸ਼ਾਂ ਦੇਖੀਆਂ ਸੰਦਾਲੀ 'ਚ ਸਾਨੂੰ ਮੈਂ ਰਾਜਦਾਰ ਦੀ ਸੀ ਨਿਆਣੀ ਮੈਨੂੰ ਕੀ ਪਤਾ ਭੱਦ ਭੱਦ ਗਏ ਸਾਨੂੰ ਕੀ ਪਤਾ ਅੱਛਾ ਅੱਛਾ ਕੀ ਪਤਾ ਹੁਣ ਪਤਾ ਤੁਸੀਂ ਫਿਰ ਸੁਲਤਾਨੀ ਦੇ ਘਰ ਗਏ ਸੀਗੇ ਵਿਆਹ ਤੋਂ ਬਾਅਦ ਘਰ ਦੇਖਣ ਗਏ ਸੁਲਤਾਨੀ ਦਾ ਨਾਲੇ ਤਾਂ ਸੀਗਾ ਜਿਹੜੀ ਜਿਹੜੇ ਵਿਚੋਲਰ ਮੇ ਬਣੀ ਹੈ ਨਾਲੇ ਤਾਂ ਘਰ ਵਾ ਅੱਛਾ ਦੋਰਾ ਪਿੱਛੇ ਘੋਸੜੀਆਂ ਮੋਹਰੇ ਦਲਾਨ ਅੱਛਾ ਰਸੋਈ ਹੁਣ ਵੀ ਨਹੀਂ ਦੇੜ ਦੇੜ ਕੇ ਤਾਂ ਮੁੰਡਿਆਂ ਨੇ ਨਵੇਂ ਨਵੇਂ ਪਾਏ ਆ ਹੁਣ ਉਹ ਤੁਸੀਂ ਇਹ ਦੱਸੋ ਬੀਬੀ ਜੀ ਪਾਕਿਸਤਾਨ ਬਣਨਾ ਚਾਹੀਦਾ ਸੀ ਨਹੀਂ ਬਣਨਾ ਨਹੀਂ ਸੀ ਚਾਹੀਦਾ ਦੁਨੀਆ ਪੱਟ ਦਿੱਤੀ ਦਬਲੇ ਦਬਲੇ ਪੱਟ ਬਜ਼ੁਰਗ ਤੁਹਾਡਾ ਵੀ ਕੋਈ ਦੋਸਤ ਸੀਗਾ ਚੱਕ ਗੁਜਰਾਂ ਦੇ ਵਿੱਚ ਤੁਹਾਡੇ ਨਾਲ ਪੜ੍ਹਿਆ ਜਾਂ ਤੁਹਾਡੇ ਨਾਲ ਬਚਪਨ ਦੇ ਵਿੱਚ ਰਹਿੰਦਾ ਕੋਈ ਦੋਸਤ ਤੁਹਾਡਾ ਦੋਸਤ ਜਿਹੜੇ ਪੜ੍ਹਦੇ ਪੜ੍ਹਦੇ ਮੁਸਲਮਾਨਾਂ ਦਾ ਪੁੱਛਣਾ ਦੋਸਤ ਆਈ ਕੋਈ ਇੱਕੋ ਹੀ ਦੋਸਤ ਰੱਖਿਆ ਸਾ ਅਕਬਾਲ ਅਤੇ ਸ਼ਰੀਫ ਦੋਵੇਂ ਭਰਾ ਅੱਛਾ ਹਾਂ ਗੁਜਰਾਂ ਦੇ ਸੀ ਗੁਜਰਾਂ ਦੇ ਜਾਣ ਲੱਗੇ ਪੜ੍ਹਦੇ ਸੀਗੇ ਅੱਛਾ ਛੇਵੀਂ 'ਚ ਛੇਵੀਂ ਪਾਸ ਕੀਤੀ ਅਸੀਂ ਇਕੱਠਿਆਂ ਨੇ ਕਿੱਥੇ ਸਾਰੀ ਸਾਰੀ ਜਾਂਦੇ ਸਾਰੀ ਤੁਰ ਕੇ ਜਾਂਦੇ ਹੁੰਦੇ ਤੁਰ ਕੇ ਅਕਬਾਲ ਅਤੇ ਸ਼ਰੀਫ ਆਹੋ ਮੁੜ ਕੇ ਜਾਣ ਲੱਗੇ ਮਿਲ ਕੇ ਗਏ ਹਾਂ ਮਿਲ ਕੇ ਜਾਣਾ ਛੱਡ ਕੇ ਆਏ ਆਪ ਕਿਹੜਾ ਘਰ ਸੀ ਉਹਨਾਂ ਦਾ ਉਹ ਘਰ ਉਹ ਘਰ ਮੁਸਲਮਾਨਾਂ ਦੇ ਉਹ ਜਿਹੜੇ ਬਾਹਰੋਂ ਆਏ ਆ ਬਾਹਰੋਂ ਉਹਨਾਂ ਨੂੰ ਮਿਲੇ ਹੋਏ ਆ ਅੱਛਾ 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 ਉਹਨਾਂ ਨੂੰ ਮਿਲੇ ਹੋਏ ਆ ਕਦੀ ਮੁੜ ਕੇ ਨਹੀਂ ਆਇਆ ਕੋਈ ਇਕਬਾਲ ਸ਼ਰੀਫ ਜਾਂ ਕੋਈ ਹੋਰ ਹਾਂ ਹਾਂ ਨਾ ਇੱਥੇ ਕਿ ਲੈ ਲਾਉਣਾ ਪਿੰਡ 'ਚ ਕੋਈ ਵੀ ਨਹੀਂ ਮੁੜ ਕੇ ਆਇਆ ਹਾਂ ਕੋਈ ਬੜਿਆ ਹੀ ਨਹੀਂ ਆਉਂ ਕਹਿੰਦੇ ਨੇ ਜਦ ਛੱਡੇ ਗ੍ਰਾਹ ਦਾ ਕੀ ਲੈਣਾ ਨਾ ਨਾਲੇ ਦੇਖੋ ਜੀ ਜੰਦੇ ਰਾਤ ਤੇ ਬੈਠੇ ਆ ਤਾਂ ਜੀ ਉਹਨਾਂ ਨੂੰ ਲੱਦਿਆ ਲੱਦ ਕੇ ਤਾਂ ਵਿੱਚ ਕੈਂਪ ਦੇ ਮਾੜਿਆ ਫਿਰ ਵੀ ਨਹੀਂ ਕਿੱਥੇ ਆਉਣਾ ਤੁਹਾਡੇ ਸਾਹਮਣੇ ਉਹਨਾਂ ਨੂੰ ਲੈ ਕੇ ਗਏ ਸੀਗੇ ਕੈਂਪ ਤੱਕ ਆਹੋ ਸਿੰਗੜੀ ਵਾਲੀ ਛੱਡ ਕੇ ਆਏ ਆਹੋ ਕਿਹੜੇ ਕਿਹੜੇ ਬੰਦੇ ਸੀ ਸਿੰਗੜੀ ਵਾਲੇ ਦੇ ਉਹੀ ਲਾਣੇ ਵਾਲੇ ਮੋਹਰੀ ਸੀਗੇ ਅੱਛਾ 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 ਆਹੋ ਪੁਰਾਣੀਆਂ ਯਾਦਾਂ ਪੁਰਾਣੀਆਂ ਗੱਲਾਂ ਚੰਗਾ ਜੀ ਫੇਰ ਹੋਰ ਕੋਈ ਗੱਲ ਹੈਗੀ ਤਾਂ ਸੁਣਾ ਦੋ ਹੁਣ ਮੈਂ ਭਗਤ ਰਾਮ ਉਹਨਾਂ ਨੂੰ ਮਿਲ ਜਾਣਾ ਤੁਹਾਡੇ ਭਰਾ ਨੂੰ ਜਾ ਕੇ ਮੈਂ ਦੱਸ ਕੇ ਵੀ ਜਾਵਾਂ ਹਾਂ ਦੱਸ ਕੇ ਜਾਵਾਂ ਮੈਂ ਜਾ ਕੇ ਆਇਆ ਮਿਲ ਕੇ ਆਇਆ ਨਾਲੇ ਬਾੜੇ ਵਾਲਾ ਆ ਕੋਈ ਐਸੀ ਗੱਲ ਨਹੀਂ ਠੀਕ ਹੈ ਛੇ ਛੇ ਛੇਆਂ 'ਚ ਦੋ ਰਹਿੰਦੇ ਇੱਕ ਇਹ ਰਹਿੰਦਾ ਇੱਕ ਛੋਟਾ ਰਹਿੰਦਾ ਸਰਬਣ ਅੱਛਾ 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 ਉਹਦਾ ਨਾਂ ਸਰਬਣ ਉਹਦਾ ਇੱਕੋ ਮੁੰਡਾ ਹੈ ਉਹ ਆਹ ਘਰ ਉਹਦਾ ਹੈ ਤਾਂ ਉਹਨਾਂ ਕੇ ਉਹਦਾ ਭਗਤ ਨਹੀਂ ਮੈਂ ਭਗਤ ਰਾਮ ਨੂੰ ਮਿਲ ਕੇ ਆਉਣਾ ਆਹੋ ਚੰਗਾ ਜੀ ਫਿਰ ਆਪਾਂ ਫਿਰ ਮਿਲਾਂਗੇ ਫਿਰ ਆਈ ਉਹਨਾਂ ਨੂੰ ਮਿਲ ਕੇ ਫਿਰ ਆਈ ਓਕੇ 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 ਚੰਗਾ ਜੀ ਫਿਰ ਚਾਹ ਬਣਾਈਏ ਨਹੀਂ